स्टूडेंट्स वेलकम वंस अगेन टू द अव्वल एकेडमी ऑफ एजुकेशन। इन टुडेस वीडियो वी आर गोइंग टू स्टार्ट हियर विद जहां स्कूल एजुकेशन बोर्ड क्लास 11 बायोलॉजी इन पंजाबी मीडियम चैप्टर अपना हैगा फर्स्ट द लिविंग वर्ड। इस दे दो पार्ट तुसी देख चुके हो। नाउ वी विल स्टार्ट पार्ट थर्ड। आज अपना तीजा पार्ट और आखिरी पार्ट इसका करांगे। चलो करते हैं स्टार्ट छेती तो। हाँ जी, तो नेक्स्ट जो पोर्शन है उदे च 1.4 है चैप्टर च तुहाडे, दैट इज वर्गीकरण सहायता साधन। जो वर्गीकरण च जो अपनी हैल्प करदे ने उन्हां नूं बोल देने आपां वर्गीकरण होगा टैक्सोनोमिकल एड्स, राइट। तां इह जो टैक्सोनोमिकल एड है कि टैक्सोनोमिकल स्टडीज ऑफ जो या पौद्या की पहचान लई आधुनिक जो मॉडर्न जो उपकरण ने संसाधन ने उन्होंने नाल जो लैस प्रयोगशाला अते प्रयोगशाला दे बाहर वातावरण दे अध्ययन की लोड़ होंदी है, ठीक है। वी डेफिनेटली नीड दैम। सो पौद्या जंतुआ अते हो जीवा दे वर्गीकरण का अध्ययन खेतीबाड़ी, राइट, एग्रीकल्चर, जंगलात, फॉरेस्ट्री, उद्योग, इंडस्ट्री और आम तौर पर जैव संसाधन संसाधन उन्हां दी भिन्नता जानने लई सहायक हुंदा है। तो इहदे च मददगार हुंदा है वर्गीकरण दे पद्धरां दा ज्ञान। वर्गीकरण विज्ञान दी सिखलाई लई जरूरी हुंदा है। जो भी सूचनावां इकट्ठियां कीतियां जांदियां हन उन्हां दा उपयोग नमूनिया सहित जीवां दे वर्गीकरण लई कीता जांदा है, ठीक है जी। कुछ मसलियां विच नमूने नूं भविख विच अध्ययन लई संभाल लिया जांदा है कि आने वाले टाइम जो अपने काम आएगा। जीव विज्ञानियों ने सूचना सहित नमूनिया दे संभालण अते सुरक्षित रखण दीआं विधियां अते तकनीकां विकसित कीतियां हन। उन्हां विचों कुछ दा वर्णन आपां हेठां देखांगे, राइट। तो इन्हां विचों सब तो पहला आ जांदा है बच्चों, दैट इज़ हरबेरियम, ठीक है। हरबेरियम तां हरबेरियम जो हरबेरियम क्या है, हरबेरियम इज़ ए स्टोर हाउस ऑफ कलेक्टेड प्लांट स्पैसीमन, ते पौद्यां दे इकट्ठे गए किते गए नमूनिया यानी स्पैसीमन। ਨੂੰ ਕਾਗਜ਼ ਦੀ ਸ਼ੀਟ 'ਤੇ ਸੁਖਾ ਕੇ ਅਤੇ ਦਬਾ ਕੇ ਸੰਭਾਲਦੇ ਹਨ। ਇਹਨਾਂ ਸ਼ੀਟਾਂ ਨੂੰ ਅੰਤਰਰਾਸ਼ਟਰੀ ਮਾਨਕ ਪ੍ਰਣਾਲੀ ਇੰਟਰਨੈਸ਼ਨਲ ਜੋ ਯੂਨੀਵਰਸਲੀ ਅਸੈਪਟਡ ਸਿਸਟਮ ਹੋ ਜਾਂ ਇੰਟਰਨੈਸ਼ਨਲ ਅਸੈਪਟਡ ਸਿਸਟਮ ਆਫ ਕਲਾਸੀਫਿਕੇਸ਼ਨ ਦੇ ਅਨੁਸਾਰ ਇਹਨਾਂ ਦੀ ਸੰਭਾਲਦੇ ਹਨ ਔਰ ਰੱਖਿਆ ਜਾਂਦਾ ਹੈ, ਠੀਕ ਹੈ। ਇਹ ਨਮੂਨੇ ਹਨ ਜੋ ਸਪੈਸੀਮਨ ਹਨ ਸੂਚਨਾ ਸਹਿਤ ਭਵਿੱਖ ਵਿੱਚ ਅਧਿਐਨ ਲਈ ਜੋ ਬਨਸਪਤੀ ਸੰਗ੍ਰਹਾਲਿਆ ਹੈ ਆਪਣਾ, ਰਾਈਟ। ਮਤਲਬ ਹਰਬੇਰੀਅਮ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ। ਬਨਸਪਤੀ ਸੰਗ੍ਰਹਾਲਿਆ ਮਤਲਬ ਹਰਬੇਰੀਆ। ਤਾਂ ਇਹਨਾਂ ਨੂੰ ਫੋਰਨ ਸੋਰੀ ਜੋ ਹਰਬੇਰੀਅਮ ਸ਼ੀਟ ਨੇ ਇਹਨਾਂ ਨੂੰ ਉਹਨਾਂ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ। ਹਰਬੇਰੀਅਮ ਦੀ ਸ਼ੀਟ 'ਤੇ ਇੱਕ ਲੇਬਲ ਲਗਾ ਦਿੱਤਾ ਜਾਂਦਾ ਹੈ। ਇਸ ਲੇਬਲ 'ਤੇ ਪੌਦੇ ਨੂੰ ਇਕੱਤਰ ਕਰਨ ਦੀ ਮਿਤੀ, ਥਾਂ, ਪੌਦੇ ਦਾ ਨਾਂ, ਅੰਗਰੇਜ਼ੀ ਨਾਮ, ਵਿਗਿਆਨਿਕ ਨਾਮ, ਕੁੱਲ ਇਕੱਤਰ ਕਰਨ ਵਾਲੇ ਦਾ ਨਾਮ ਆਦਿ ਲਿਖਿਆ ਜਾਂਦਾ ਹੈ। ਹਰਬੇਰੀਅਮ ਵਰਗੀਕਰਨ ਦੇ ਅਧਿਐਨ ਲਈ ਤਤਕਾਲ ਤੰਤਰ ਦੇ ਰੂਪ ਵਿੱਚ ਆਪਾਂ ਨੂੰ ਇੱਕ ਇਮੀਜੀਏਟ ਜੋ ਹੈ ਕੁਇਕ ਰੈਫਰਲ ਸਿਸਟਮ ਜੋ ਹੈ ਆਪਾਂ ਨੂੰ ਮਿਲਦਾ ਹੈ, ਵਿਚ ਇਜ਼ ਹੈਲਪਫੁਲ ਇਨ ਅਵਰ ਟੈਕਸੋਨੋਮਿਕਲ ਸਟੱਡੀਜ਼, ਰਾਈਟ, ਜਾਂ ਵਰਗੀਕਰਨ ਦੀ ਵਿੱਚ ਹੈਲਪ ਕਰਦਾ ਹੈ। ਤੋ ਦੂਜਾ ਜੋ ਹੈ, ਦੂਜੀ ਜੋ ਏਡ ਹੋਊਗੀ, ਦੈਟ ਇਜ਼ ਬਨਸਪਤੀ ਬਗੀਚਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਬੋਟੈਨੀਕਲ ਗਾਰਡਨ। ਤਾਂ ਇਹਨਾਂ ਗਾਰਡਨਸ ਵਿੱਚ ਇਹਨਾਂ ਵਿਸ਼ੇਸ਼ ਇੱਕ ਖਾਸ ਕਰ ਇਹ ਜੋ ਬਗੀਚੇ ਹੁੰਦੇ ਨੇ ਗਾਰਡਨ ਹੁੰਦੇ ਨੇ
ਇਹਨਾਂ ਬਗੀਚਿਆਂ ਵਿੱਚ ਹਵਾਲੇ ਲਈ ਜੀਵਿਤ ਪੌਦਿਆਂ ਦਾ ਨੂੰ ਇਕੱਠਾ ਕੀਤਾ ਜਾਂਦਾ ਹੈ। ਇਹਨਾਂ ਬਾਗਾਂ ਵਿੱਚ ਪੌਦਿਆਂ ਨੂੰ ਜਾਤੀ ਜਾਂ ਸਪੀਸ਼ੀਜ਼ ਦੀ ਪਹਿਚਾਣ ਲਈ ਉਗਾਇਆ ਜਾਂਦਾ ਹੈ ਅਤੇ ਹਰ ਪੌਦੇ 'ਤੇ ਇੱਕ ਲੇਬਲ ਲਗਾ ਦਿੱਤਾ ਜਾਂਦਾ ਹੈ ਜਿਸ 'ਤੇ ਪੌਦੇ ਦਾ ਵਿਗਿਆਨਿਕ ਨਾਮ ਉਸਦੇ ਕੁੱਲ ਦਾ ਨਾਮ ਲਿਖਿਆ ਜਾਂਦਾ ਹੈ, ਠੀਕ ਹੈ, ਉਹਦਾ ਬੋਟੈਨੀਕਲ ਨੇਮ ਔਰ ਸਾਇੰਟੀਫਿਕ ਨੇਮ ਐਂਡ ਇਟਸ ਫੈਮਿਲੀ, ਕੁੱਲ ਮਤਲਬ ਫੈਮਿਲੀ ਦਾ ਨਾਮ ਲਿਖਿਆ ਜਾਂਦਾ ਹੈ। ਦਾ ਫੇਮਸ ਜੋ ਪ੍ਰਸਿੱਧ ਬੋਟੈਨੀਕਲ ਗਾਰਡਨ ਨੇ ਉਹ ਹੈਗੇ ਕਿਊ ਇਨ ਇੰਗਲੈਂਡ, ਕੇ ਈ ਡਬਲਯੂ ਇਨ ਇੰਗਲੈਂਡ, ਇੰਡੀਅਨ ਬੋਟੈਨੀਕਲ ਗਾਰਡਨ ਕਿੱਥੇ ਹੈ ਜੀ, ਇਹ ਹਾਵੜਾ ਯਾਨੀ ਕਲਕੱਤਾ ਵਿੱਚ ਹੈ, ਹਾਵੜਾ ਕਲਕੱਤਾ ਵਿੱਚ, ਐਂਡ ਨੈਸ਼ਨਲ ਬੋਟੈਨੀਕਲ ਰਿਸਰਚ ਇੰਸਟੀਟਿਊਟ ਇਹ ਕਿੱਥੇ ਹੈ ਜੀ, ਲਖਨਊ। ਇਹ ਮੇਨਲੀ ਜੋ ਬਨਸਪਤੀ ਬੋਟੈਨੀਕਲ ਗਾਰਡਨ ਹੈ, ਠੀਕ ਹੈ ਜੀ। ਉਸ ਤੋਂ ਨੰਬਰ 3 ਅਤੇ ਅਗਲੀ ਏਡ ਆ ਗਈ ਜੀ ਸੰਗ੍ਰਹਾਲਿਆ, ਜਿਹਨੂੰ ਆਪਾਂ ਮਿਊਜ਼ੀਅਮ ਵੀ ਕਹਿ ਦਿੰਦੇ ਹਾਂ। ਸੋ ਬਾਇਓਲੋਜੀਕਲ ਮਿਊਜ਼ੀਅਮ ਜਾਂ ਬਨਸਪਤੀ ਮਿਊਜ਼ੀਅਮ ਵੀ ਕਹਿ ਦਿੰਦੇ ਹਾਂ ਇਹਨਾਂ ਨੂੰ, ਬਾਇਓਲੋਜੀਕਲ ਮਿਊਜ਼ੀਅਮਸ ਆਮ ਤੌਰ 'ਤੇ ਸਿੱਖਿਆ ਸੰਸਥਾਵਾਂ ਜਿਵੇਂ ਸਕੂਲਾਂ ਕਾਲਜਾਂ ਵਿੱਚ ਸਥਾਪਿਤ ਕੀਤੇ ਜਾਂਦੇ ਹਨ। ਇਹਨਾਂ ਵਿੱਚ ਅਧਿਐਨ ਲਈ ਸੰਭਾਲੇ ਹੋਏ ਪੌਦੇ ਅਤੇ ਜੰਤੂਆਂ ਦੇ ਨਮੂਨੇ ਹੁੰਦੇ ਹਨ। ਨਮੂਨੇ ਜੋ ਪ੍ਰੀਖਿਅਕ ਕੋਲ ਮਤਲਬ ਇਹਨਾਂ ਨੂੰ ਜੋ ਪ੍ਰਿਜ਼ਰਵ ਕਰਕੇ ਰੱਖਿਆ ਜਾਂਦਾ ਹੈ ਪ੍ਰਿਜ਼ਰਵੈਂਟ 'ਚ, ਤਾਂ ਪ੍ਰਿਜ਼ਰਵੇਟਿਵ ਸੋਲਿਊਸ਼ਨ 'ਚ ਪੌਦੇ ਅਤੇ ਜੰਤੂਆਂ ਦੇ ਨਮੂਨਿਆਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਤਾਂ ਜੋ ਇਨਸੈਕਟਸ ਨੇ ਉਹਨਾਂ ਨੂੰ ਇਨਸੈਕਟਸ ਆਰ ਪ੍ਰਿਜ਼ਰਵਡ, ਕੀਟਾਂ ਨੂੰ ਇਕੱਤਰ ਕਰਨ ਲਈ ਮਾਰਨ ਤੋਂ ਬਾਅਦ ਡੱਬਿਆਂ ਵਿੱਚ ਪਿੰਨ ਲਗਾ ਕੇ ਰੱਖਦੇ ਹਨ, ਤਾਂ ਇਹਨਾਂ ਨੂੰ ਬੋਲ ਦਿੰਦੇ ਹਾਂ ਆਪਾਂ ਇਨਸੈਕਟ ਬੋਕਸਿਸ, ਠੀਕ ਹੈ, ਕਲੈਕਟ ਕਰਨ ਤੋਂ ਬਾਅਦ, ਕਿਲ ਮਾਰਨ ਤੋਂ ਬਾਅਦ ਔਰ ਪਿਨਿੰਗ ਕਰਨ ਤੋਂ ਬਾਅਦ ਪਿੰਨ ਲਗਾ ਕੇ। ਜੋ ਵੱਡੇ ਐਨੀਮਲ ਹੋ ਗਏ, ਵੱਡੇ ਲਾਰਜਰ ਐਨੀਮਲਸ ਲਾਈਕ ਬਰਡਸ ਐਂਡ ਮੈਮਲਸ ਆਰ ਯੂਜਲੀ ਸਟਫਡ ਐਂਡ ਪ੍ਰਿਜ਼ਰਵ, ਠੀਕ ਹੈ। ਵੱਡੇ ਜੀਵ ਜਿਵੇਂ ਪੰਛੀ ਜਾਂ ਵਣਧਾਰੀ ਨੂੰ ਆਮ ਤੌਰ 'ਤੇ ਤੂੜੀ ਭਰ ਕੇ ਸੰਭਾਲਿਆ ਜਾਂਦਾ ਹੈ, ਉਹਨਾਂ ਵਿੱਚ ਤੂੜੀ ਭਰ ਕੇ ਰੱਖਿਆ ਜਾਂਦਾ ਹੈ। ਮਿਊਜ਼ੀਅਮ ਵਿੱਚ ਆਮ ਤੌਰ 'ਤੇ ਜੰਤੂਆਂ ਦੇ ਅਸਥੀ ਪਿੰਜਰ ਵੀ ਵੇਖੇ ਜਾਂਦੇ ਹਨ, ਜਿੱਦਾਂ ਤੁਸੀਂ ਆਪਣੀ ਸਕੈਲੇਟਨ ਦੇਖੇ ਹੋਣੇ, ਅਸਥੀ ਪਿੰਜਰ ਹੋ ਗਏ ਜੀ ਸਕੈਲੇਟਨ, ਆਪਣੀ ਲੈਬਾਂ ਵਿੱਚ ਦੇਖੇ ਹੋਣੇ ਤੁਸੀਂ, ਸਕੂਲ ਦੀਆਂ ਲੈਬਾਂ ਵਿੱਚ, ਕਾਲਜ ਦੀਆਂ ਲੈਬਾਂ ਵਿੱਚ। ਤਾਂ ਚਲੀਏ ਅੱਗੇ ਚੱਲਦੇ ਹਾਂ, ਨੈਕਸਟ ਅਗਲਾ ਹੈਗਾ ਜੀ ਚਿੜੀਆਘਰ, ਇਹਦੇ ਨਾਲ ਤੁਸੀਂ ਸਾਰੇ ਵਾਫਿਕ ਹੋ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਜ਼ੂਲੋਜੀਕਲ ਪਾਰਕਸ। ਸੋ ਇਹ ਉਹ ਸਥਾਨ ਹੋ ਗਏ ਜਿਨ੍ਹਾਂ ਵਿੱਚ ਜ਼ਿਆਦਾਤਰ ਜੰਗਲੀ ਜੀਵ ਜੰਤੂ ਜਾਂ ਪੌਦੇ ਵੀ ਰੱਖੇ ਜਾਂਦੇ ਹਨ। ਇਹਨਾਂ ਨੂੰ ਸਾਨੂੰ ਜੰਗਲੀ ਜੀਵਾਂ ਦੀ ਮਨੁੱਖੀ ਦੇਖ ਰੇਖ, ਖਾਣ ਪੀਣ ਦੇ ਸੁਭਾਅ ਅਤੇ ਵਿਵਹਾਰ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ। ਜਿੱਥੇ ਤੱਕ ਸੰਭਵ ਹੁੰਦਾ ਹੈ ਚਿੜੀਆਘਰ ਵਿੱਚ ਵੱਖ ਵੱਖ ਜੰਤੂ ਉਪਲਬਧ ਕਰਵਾਏ ਜਾਂਦੇ ਹਨ। ਚਿੜੀਆਘਰਾਂ ਵਿੱਚ ਸਾਰੇ ਜੰਤੂਆਂ ਨੂੰ ਉਹਨਾਂ ਦੀਆਂ ਕੁਦਰਤੀ ਆਵਾਸ ਵਾਲੇ ਹਾਲਾਤਾਂ ਵਿੱਚ ਰੱਖਣ ਦਾ ਉਪਰਾਲਾ ਕੀਤਾ ਜਾਂਦਾ ਹੈ, ਤਾਂ ਕਿ ਉਹਨਾਂ ਨੂੰ ਨੈਚੁਰਲ ਇਨਵਾਇਰਮੈਂਟ ਮਿਲ ਸਕੇ। ਤੋ ਇਹਨਾਂ ਵਿੱਚ ਤੁਸੀਂ ਗਏ ਕੋਈ ਨਾ ਕੋਈ ਕਦੇ ਨਾ ਕਦੇ ਵਿਜ਼ਿਟ ਕਰਦਾ ਹੀ ਹੈ। ਇਹ ਸਾਰੇ ਜੋ ਹੈ ਐਨੀਮਲਸ ਜੋ ਚਿੜੀਆਘਰ ਵਿੱਚ ਰੱਖੇ ਹੋਏ ਨੇ ਉਹ ਦਿਖਾਏ ਗਏ, ਠੀਕ ਹੈ ਜੀ। ਚਲੋ ਅੱਗੇ, ਉਸ ਤੋਂ ਬਾਅਦ ਨੈਕਸਟ ਹੈ ਜੀ ਕੁੰਜੀ ਜਾਂ ਚਾਬੀ, ਜਾਂ ਇਹਨੂੰ ਆਪਾਂ ਬੋਟੈਨੀਕਲੀ ਜਾਂ ਬਾਇਓਲੋਜੀਕਲੀ ਕਹਿ ਦਿੰਦੇ ਹਾਂ ਜੀ ਕੀ। ਤਾਂ ਜੋ ਕੀ ਹੈ, ਇੱਕ ਅਨਦਰ ਟੈਕਸੋਨੋਮਿਕਲ ਏਡ ਹੈ ਜੋ ਜਿਸ ਦੀ ਵਰਤੋਂ ਸਮਾਨਤਾਵਾਂ ਜਾਂ ਅਸਮਾਨਤਾਵਾਂ ਮਤਲਬ ਆਈਡੈਂਟੀਫਿਕੇਸ਼ਨ ਆਫ ਪਲਾਂਟਸ ਬੇਸਡ ਔਨ ਦੇਅਰ ਸਿਮਿਲੈਰਿਟੀਜ਼, ਸਮਾਨਤਾਵਾਂ ਹੋ ਗਈਆਂ ਸਿਮਿਲੈਰਿਟੀ, ਅਸਮਾਨਤਾਵਾਂ ਹੋ ਗਈਆਂ ਜੀ ਡਿਫਰੈਂਸਿਸ ਦੇ ਆਧਾਰ 'ਤੇ ਉਹਨਾਂ ਦੀ ਪਛਾਣ ਕੀਤੀ ਜਾਂਦੀ ਹੈ। ਇਹ ਕੁੰਜੀ ਤੁਲਨਾਤਮਕ ਲੱਛਣਾਂ ਜੋ ਆਮ ਤੌਰ 'ਤੇ ਜੋੜਿਆਂ ਦੇ ਰੂਪ ਵਿੱਚ ਹਨ, ਜਿਨ੍ਹਾਂ ਨੂੰ ਯੁਗਮ ਕਰਕੇ ਯੁਗਮਜ ਕਹਿੰਦੇ ਹਨ, ਮਤਲਬ ਪੇਅਰ ਕਾਲਡ ਕਪਲੈਟਸ। ਤੋ ਯੁਗਮ ਦੇ ਤੌਰ 'ਤੇ ਰੱਖਿਆ ਜਾਂਦਾ ਹੈ। ਇਹ ਜੋ ਯੁਗਮ ਹੈ ਕਿ ਇਟ ਰਿਪ੍ਰਜੈਂਟਸ ਜੋ ਕੁੰਜੀ ਹੈ ਕਿ
चॉइस मेड बिटवीन टू ओपोजिट ऑप्शनस नूं विकल्पां नूं चुनना दिखाउंदी है। इस तों इस दे नतीजे वजों एक नूं मानता अते दूसरे नूं अमानता प्राप्त हुंदी है। दो चॉइसां चों एक नूं मन्निया जांदा है ते दूजे नूं नहीं मन्निया जांदा। तां इह जो की है कुंज विच हर कथन ईच स्टेटमेंट इन कुंजी इज कॉल्ड ए लीड। ठीक है, कुंजी विच हर कथन राह दसेरे वजों काम करता है। पहचान लई हर वर्गीकरण पद्धर जिवें कुल फैमिली हो गया, वंश जीनस जीन्स हो गया एंड स्पीशीज। ठीक है, तो फैमिली जीन्स एंड स्पीशीज इसकी दे मुख्य होंगे ने जिन्हों के उत्ते वर्गीकरण या आइडेंटिफिकेशन की जाती है। कि जा जनरली एनालिटिकल इन नेचर एनालाइज करके इन्हों पता चल जाता। ठीक है, तो जो विस्तार मतलब डिस्क्रिप्शन या वर्णन लिखने लिए नियम पुस्तक जो कुछ मैनुअल बनाए गए हैं, एक विषय सारे जानकारी वाली किताब मोनोग्राफ कहने अते सूची पत्र कैटालोग होर माध्यम हैं। ठीक है जी, मैनुअल मोनोग्राफ अते सूची पत्र या कैटालोग तो ये होर कुछ माध्यम हैं जिन्हों तो अपन क्लासीफिकेशन की जानकारी मिलती है। इस तो अलावा भी ये सही पहचान विच सहायता करते हैं। बनस्पति पुस्तकों विच किसी खेत्र के पौद्या अते उन्हां दे निवास स्थानों बारे जानकारी होंदी है। एंड नियम पुस्तकों तो उस खेत्र विच पाईआं जाण वालीआं जातियां नूं पछाणन विच सहायता मिलती है। मोनोग्राफ विच किसी एक टैक्सान की पूरी जानकारी होंदी है। ठीक है जी, तो बच्चो ये हो गया अपना चैप्टर खत्म। फिर करांगे इस दी एक्सरसाइज किसी वीडियो करांगे। तो ये तीनों पार्ट्स मैं तुहानूं एक्सप्लेन करता है। वीडियो देखने लई थैंक्स। पसंद आए तो लाइक शेयर सब्सक्राइब जरूर करो। अगले अगले वीडियो च फिर मिलांगे दूजे चैप्टर दे एक्सप्लेनेशन दे ना। इन्हनूं बार बार रिवाइज करो, प्रैक्टिस करो, रिवाइज करो। और तुहानूं एक बारी फिर जो है एक न्यूज़ दे देना, सूचना दे देना इहदे नाल कि तुसीं हुण नीट एग्जाम की तैयारी जो है पंजाबी विच भी कर सकते हो। साढ़े चैनल पर पंजाबी इंग्लिश दोनों विच कर सकते हो। ये मैं इंग्लिश पंजाबी विच करा रहा कि जो बच्चे इंग्लिश थोड़ी मुश्किल समझते हैं तो वो पंजाबी विच इनू पढ़ सकते हैं। ट्रांसलेशन भी नाल नाल असीं करी जा रहे हैं। ठीक है, इस तरह इंग्लिश वाले दी पंजाबी विच भी करा। तो तैयारी करो, मेहनत करो, मेहनत करने वाले नूं ही सीट हासिल होंदी है नेड़। ठीक है जी, थैंक यू, इट्स गुड बाय नाउ।